जल जल नल चीरु सुट दाए दिल पागल पुछदाए हर रोज बहाने की ओ हुण मेरी ते ओ मनदा नहीं हुण मेरी ते मनदा तारक नहीं आया मेरा दो भाई आए ने मेरे अच्छा। वो आंदा जिदन मेनू पता लगा ना वो मां दी कब्र ते जाके दस के आया वाह बैठा रो गया मां तेरा परिवार ते नहीं आया लब गया तू नहीं सानू लब तू नहीं लब्बी सानू साले हार जी चढ़दे पंजाब तो भाईया भणवैया साहब जेड़े आ नहीं ये की लगदे नंदोईया नंदोईया साहब चढ़दे लैंदे पंजाब तो जी ये अपने बुजुर्ग जो चढ़ते पंजाब तो आए थे अपने बच्ची मिल रहे हैं लेंदे पंजाब आए साढ़े जो वीर आए ਭਾਈਆ ਲੜਦਾ ਏ ਭਾਈ ਗਮ ਦੇ ਗਮ ਕਿਸੇ ਵੀ ਵਿਆਖੇ ਲੱਗ ਜਾਏ ਜਾਈ ਜਾਏ ਆ ਫੁੱਪੜ ਤੇਰਾ ਲੜਨ ਡਿਆ ਈ ਹਾਂ ਫੁੱਪੜ ਕੋਲ ਸਖਤ ਤਬੀਅਤ ਦਾ ਮਾਲਕ ਆ ਹੈ ਅਸਲਾਮ ਅਲੈਕਮ ਜੀ ਅੱਜ ਕਰਤਾਰਪੁਰ ਆਏ ਹਾਂ ਜੀ ਇੱਥੇ ਦੋ ਫੈਮਲੀਆਂ ਜਿਹੜੀਆਂ 1947 ਤੋਂ ਬਾਅਦ ਦੀਆਂ ਇੱਕ ਦੂਸਰੇ ਨਾਲ ਵਿਛੜੀਆਂ ਹੋਈਆਂ ਉਹਨਾਂ ਦੀ ਮੁਲਾਕਾਤ ਹੈ ਇੱਕ ਫੈਮਲੀ ਇੰਡੀਆ ਸਾਈਡ ਤੋਂ ਕਰਨਾਲ ਤੋਂ ਆਈ ਹੈ ਅਤੇ ਦੂਸਰੀ ਪਾਕਿਸਤਾਨ ਸਾਈਡ ਤੋਂ ਵਜ਼ੀਰਾਬਾਦ ਤੋਂ ਆਈ ਹੈ ਇਹਨਾਂ ਨੂੰ ਅਸੀਂ ਪੁੱਛਣਾ ਕਿ ਇਹ ਕਿਸ ਤਰ੍ਹਾਂ ਮਿਲੇ ਆ ਕਿਹੜੇ ਵਸੀਲੇ ਬਣੇ ਆ ਅਤੇ ਕਿੰਨੀ ਦੇਰ ਤੋਂ ਇੱਕ ਦੂਸਰੇ ਨਾਲ ਜੁਦਾ ਸੀ ਜੀ ਅਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਅੱਛਾ ਦੱਸੋ ਜੀ ਆਪਣਾ ਕਿਸ ਤਰ੍ਹਾਂ ਮਿਲਾਪ ਹੋਇਆ ਤੁਹਾਡਾ ਕਿਸ ਤਰ੍ਹਾਂ ਤੁਸੀਂ ਵਿਛੜੇ ਇੱਕ ਦੂਜੇ ਤੋਂ ਉਹ ਸਾਰੀ ਗੱਲਬਾਤ ਦੱਸੋ ਮਿਲਾਪ ਮਤਲਬ ਵਿਛੜੇ ਦੇ ਮਤਲਬ ਬੜੇ ਮੁੱਤਾਂ ਦੇ ਆ ਅੱਛਾ ਵਿਛੜੇ ਸੀ ਜੀ ਸਾਡੇ ਵੱਡੇ ਵਡੇਰੇ ਜਦੋਂ ਪਾਕਿਸਤਾਨ ਦੇ ਹਿੰਦੂ ਸਰ ਬਣਿਆ ਜੀ ਜੀ ਉਦੋਂ ਮਤਲਬ ਉਹ ਟੁੱਟ ਗਏ ਉੱਧਰ ਟੁੱਟ ਗਏ ਸੀ ਇੱਧਰ ਰਹਿ ਗਏ ਅੱਛਾ ਜੀ ਉਦੋਂ ਦੇ ਵਿਛੜੇ ਰਹਿ ਗਏ ਅਤੇ ਉਹ ਲਾਦਾਂ ਜਿਹੜੀਆਂ ਨੇ ਫਿਰ ਅੱਗੋਂ ਹੁਣ ਆਣ ਕੇ ਅਤੇ ਫਿਰ ਪਤਾ ਨਹੀਂ ਮੈਂ ਲੱਗਾ ਅਤੇ ਮੁਲਾਕਾਤ ਮਤਲਬ ਉਹੀ ਉਹਦੇ ਨਸ਼ਹਿਰੇ ਵੱਲੋਂ ਅਤੇ ਉਹਦੇ ਸ਼ੇਖਪੁਰੇ ਵੱਲੋਂ ਅਤੇ ਇਹਨਾਂ ਦੀ ਕੋਈ ਨਾ ਆਪਣੇ ਕੋਸ਼ਿਸ਼ ਕੀਤੀ ਬੜੀ ਆਪਣੇ ਜੀਵੀ ਫੌਜ ਹੋ ਗਏ ਨੇ ਅਤੇ ਕੋਸ਼ਿਸ਼ ਕੀਤੀ ਅਤੇ ਅਲੱਗ ਕੀਤਾ ਅਤੇ ਕਰਦਿਆਂ ਕਰਦਿਆਂ ਕਹਿੰਦੇ ਪਤਾ ਲੱਗਾ ਅਤੇ ਚਲੋ ਮੁਲਾਕਾਤ ਹੋ ਗਈ ਇਹ ਤੁਹਾਨੂੰ ਪਤਾ ਸੀ ਉਦੋਂ ਦਾ ਵੀ ਸਾਡੇ ਬੰਦੇ ਉੱਥੇ ਰਹਿ ਗਏ ਆ ਹਾਂ ਪਤਾ ਸੀ ਆਪਣੇ ਜਿਹੜਾ ਜੀ ਸਨ ਹਾਂ ਉਹ ਇਹਨਾਂ ਦੇ ਇਹ ਉਹਦੇ ਚਾਚੇ ਦੇ ਪੁੱਤਰ ਨੇ ਅੱਛਾ ਇਹਨਾਂ ਦੀ ਬੇਗਮ ਦੇ ਚਾਚੇ ਦੇ ਪੁੱਤਰ ਹਾਂ ਮੇਰੀ ਬੇਗਮ ਦੇ ਚਾਚੇ ਦੇ ਪੁੱਤਰ ਨੇ ਇਹ ਜਿਹੜੇ ਆ ਆਪਣਾ ਨਾਂ ਕੀ ਨਾਮ ਆ ਜੀ ਮੇਰਾ ਨਾਂ ਸੁਖਦਰਸ਼ਨ 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 ਆਪਣਾ ਚਾਚਾ ਜੀ ਕੀ ਨਾਮ ਮੁਹੰਮਦ ਵਾਰਸ ਮੁਹੰਮਦ ਵਾਰਸ ਤੁਸੀਂ ਵੀ ਜੱਟ ਹੋ ਹਾਂ ਇਹ ਕਿਹੜੇ ਜੱਟ ਆ ਤੁਸੀਂ ਦਦਰਾ ਚੀਮਿਆਂ ਦੇ ਦੋਤਰੇ ਦਦਰਾ ਚੀਮਿਆਂ ਦੇ ਦੋਤਰੇ ਤੁਸੀਂ ਉੱਥੇ ਇਹ ਵਿਰਕਾ ਠੀਕ ਆ ਜੀ ਅੱਛਾ ਉੱਦਾਂ ਤੁਹਾਡਾ ਖਤੋ ਕਿਤਾਬਤ ਚੱਲਦੀ ਸੀ ਖਤੋ ਕਿਤਾਬਤ ਕੋਈ ਨਹੀਂ ਚੱਲਦੀ ਹੁਣ ਥੋੜ੍ਹੀ ਦੇਰ ਦੀ ਪਤਾ ਲੱਗਿਆ ਮਤਲਬ ਕਿੰਨੇ ਕੁ ਸਾਲਾਂ ਤੋਂ 6 ਮਹੀਨੇ ਸਾਲ ਤੋਂ ਹੋ ਗਿਆ ਅੱਛਾ 6 ਮਹੀਨੇ ਸਾਲ ਤੋਂ ਪਤਾ ਲੱਗਾ ਵੀ ਆਪਣੀ ਫੈਮਿਲੀ ਉੱਧਰ ਹੈਗੀ ਆ ਆਪਣੀ ਫੈਮਿਲੀ ਦਾ ਇਹ ਪਤਾ ਹੀ ਉਹ ਪਹਿਲਾਂ ਨਹੀਂ ਲੇਕਿਨ ਪਤਾ ਨਹੀਂ ਲੱਗਦਾ ਹੈਨ ਕਿਹੜੀ ਜਗ੍ਹਾ ਰਾਬਤਾ ਕਿਵੇਂ ਹੋਇਆ ਰਾਬਤਾ ਫਿਰ ਕਿੱਦਾਂ ਹੋਇਆ ਕਿਸ ਤਰ੍ਹਾਂ ਸਬਬ ਬਣਿਆ ਕੋਈ ਇਹਨਾਂ ਦਾ ਕੋਈ ਜੀਕ ਪਤਾ ਨਹੀਂ ਕਿਹੜਾ ਬਾਹਰ ਇੰਗਲੈਂਡ ਸੀ ਜਾਂ ਕਿੱਥੇ ਸੀ ਜੋ ਉੱਥੇ ਕੋਈ ਨਸ਼ਹਿਰਾ ਵਰਕਿਆਂ ਦਾ ਉੱਥੇ ਉਹਨਾਂ ਦਾ ਕੋਈ ਸਲਾਮ ਦੁਆ ਸੀ ਉੱਥੇ ਕੀਤੀ ਉਹਨਾਂ ਕਿਹਾ ਸਾਡੇ ਪਿੰਡ ਵੀ ਤੁਹਾਡੇ ਪਿੰਡ ਸਾਡੇ ਉੱਥੇ ਜਗ੍ਹਾ ਜੀ ਹੈ ਨਾ ਉਹ ਇਸ ਕਰਕੇ ਪਤਾ ਲੱਗਦਿਆਂ ਥੋੜ੍ਹਾ ਬਹੁਤ ਲੱਗ ਗਿਆ ਅਤੇ ਫਿਰ ਅੱਛਾ ਅੱਲਾ ਕੀਤਾ ਅਤੇ ਉਹਨਾਂ ਮੁੰਡੇ ਨਾਲ ਮੁਲਾਕਾਤ ਹੋ ਗਈ
ਫਿਰ ਅੱਗੋਂ ਮਤਲਬ ਮੇਰੇ ਕੋਲ ਨੰਬਰ ਸ਼ੰਬਰ ਇਹਨੇ ਆ ਗਏ ਸਾਡੇ ਕੋਲ, ਫਿਰ ਟੈਲੀਫੋਨ ਲੱਗ ਪਏ ਕਰਨ, ਫਿਰ ਸਾਰਾ ਪਤਾ ਨਹੀਂ ਮੈਂ ਲੱਗਦੇ ਲੱਗਦੇ ਅੱਲਾ ਦਾ ਸ਼ੁਕਰ ਮੱਥੇ ਲੱਗ ਗਿਆ ਜੀ। ਹਾਂ ਅੱਛਾ, ਮੁਸਲਮਾਨੀ ਵਿੱਚ ਤੁਸੀਂ ਇੱਥੇ ਆ ਕੇ ਆਏ ਆ ਫਿਰ ਹੋਏ ਆ? ਮੁਸਲਮਾਨ ਸੀ ਸਾਡਾ ਜਿਹੜਾ ਮੇਰਾ ਸੀ ਨਾ ਸਹੁਰਾ, ਉਹ ਇਹਨਾਂ ਦੇ ਵਾਲਦ ਦਾ ਭਾਈ ਸੀ। ਅੱਛਾ, ਸਕਾ ਭਰਾ? ਸਕਾ ਭਰਾ, ਉਹ ਉੱਥੇ ਰਹਿ ਗਿਆ। ਹਾਂ ਤੇ ਇਹ ਦੋ ਭਰਾ ਜਿਹੜੇ ਨੇ ਇਹ ਪਿੱਛਾ ਇੱਥੇ ਇੰਡੀਆ ਟੁਰਿਆ। ਇਹ ਨਾ ਹੋਏ, ਉਹ ਮੁਸਲਮਾਨ ਉੱਥੇ ਹੋ ਗਿਆ। ਅੱਛਾ, ਮੁਸਲਮਾਨ ਹੋ ਕੇ ਵਜ਼ੀਰਾਬਾਦ ਹੀ ਰਹਿ ਗਏ? ਹਾਂ, ਉੱਥੇ ਰਹਿ ਗਏ ਸ਼ੇਖੂਪੁਰੇ। ਸ਼ੇਖੂਪੁਰੇ, ਸ਼ੇਖੂਪੁਰੇ। ਹਾਂ, ਉਹ ਮੇਰੀ ਫਿਰ ਉੱਥੇ ਸ਼ਾਦੀ ਹੋਈ। ਅੱਛਾ, ਉਹਦੇ ਸ਼ੇਖੂਪੁਰੇ। ਹਾਂ, ਤੇ ਫਿਰ ਆਪਣੇ ਵੀ ਫਿਰ ਨਾਲ ਮੁੰਡੇ ਫੌਜ ਹੋ ਗਏ ਨੇ ਆਪਣਾ ਰਿਸ਼ਤੇਦਾਰ ਪਾਕਿਸਤਾਨ ਚ ਬੈਠੇ ਔਰ ਮੁਸਲਮਾਨ ਆ। ਇਹ ਜੀ ਅਸੀਂ ਪਤਾ ਵੀ ਪਹਿਲੂ ਪਤਾ ਸੀ ਸਾਡਾ ਬਈ ਤਾਇਆ ਜੀ ਨਟਕਾਣੇ ਸਾਹਿਬੋਂ। ਅੱਛਾ, ਨਟਕਾਣੇ ਸਾਹਿਬੋਂ ਵਾਪਸ ਚਲੇ ਗਏ ਹੁਣ ਜਦੋਂ ਇੱਥੇ ਕਾਫਲਾ ਰੁਕਿਆ। ਹਾਂ, ਤੇ ਉਹ 10-15 ਦਿਨਾਂ ਦੇ ਨੇ ਕਾਫਲਾ ਰੁਕਿਆ ਤੇ ਉਹ ਇੱਥੋਂ ਵਾਪਸ ਚਲਾ ਗਿਆ। ਅੱਛਾ, ਫਿਰ ਸਾਡੇ ਤਾਇਰ ਹੀ ਸਨ ਵੱਡੇ ਸਨ ਸਾਰਿਆਂ ਤੋਂ, ਉਹ ਇੱਕ ਦੋ ਵਾਰੀ ਰਾਤ ਨੂੰ ਗਏ ਘੋੜੀਆਂ ਘਾੜੀਆਂ ਤੇ ਉਹਨੂੰ ਲੈਣ ਨਹੀਂ ਆਇਆ। ਅੱਛਾ, ਆਇਆ ਨਹੀਂ ਤੇ ਫਿਰ ਜਦੋਂ ਇੱਥੋਂ ਕਾਫਲਾ ਚਲਾ ਗਿਆ ਇੰਡੀਆ ਨੂੰ, ਉਹ ਫਿਰ ਟਿਕਟ ਕਾ ਜਦੋਂ ਹੋ ਗਿਆ ਉੱਧਰੋਂ ਉੱਧਰੀ ਜ਼ਮੀਨਾਂ ਜਮੂਨਾਂ ਅਲਾਟਮੈਂਟਾਂ ਹੋ ਗਈਆਂ, ਫਿਰ ਮੇਰੇ ਬਾਪ ਹਰੀ ਵੀਰ ਸਿੰਘ ਮੇਰੇ ਬਾਪ ਦਾ ਵੀਰ ਸਿੰਘ ਆਇਆ ਪਾਸਪੋਰਟ ਬਣਵਾ ਕੇ, ਉਹ ਮਹੀਨਾ ਇੱਧਰ ਰਿਹਾ, ਉਹ ਤਾਏ ਸਾਡੇ ਨੂੰ ਇਹਨਾਂ ਦੇ ਸਹੁਰੇ ਨੂੰ ਉਹਨੇ ਇੰਡੀਆ ਭੇਜਿਆ। ਅੱਛਾ, ਇੰਡੀਆ ਭੇਜਿਆ, ਉੱਥੇ ਜਾ ਕੇ ਮਹੀਨਾ ਸਵਾ ਮਹੀਨਾ ਕਰੀਬ ਰਿਹਾ ਬਾਬਾ ਐਡਾ ਉਸਨ। ਉਦੋਂ ਬਾਅਦ ਉਹ ਆਖਣ ਲੱਗੇ ਵੀ ਤੂੰ ਇੱਧਰ ਆ ਜਾ। ਅੱਛਾ, ਪਹਿਲੂ ਤਾਂ ਮੇਰੇ ਬਾਪ ਨੇ ਉਹਨੂੰ ਭੇਜਿਆ ਸੱਚ ਬਈ ਤੂੰ ਜਾ ਕੇ ਵੇਖ ਕੇ ਆ, ਤੇਰਾ ਦਿਲ ਲੱਗਦਾ। ਬਾਪ ਮੇਰਾ ਪਿੱਛੇ ਰਿਹਾ, ਉਹ ਉੱਧਰ ਚਲਾ ਗਿਆ। ਅੱਛਾ, ਉਹ ਉੱਥੇ ਰਿਹਾ ਮਹੀਨਾ, ਉੱਥੇ ਇਹਦੇ ਸਾਨੂੰ ਹਾਂ ਕਰ ਆਇਆ ਵੀ ਮੈਂ ਆ ਜਾਵਾਂਗਾ। ਅੱਛਾ, ਬਾਅਦ 'ਚ ਇੱਥੇ ਆਣ ਕੇ ਮੇਰੇ ਬਾਪ ਨੂੰ ਕਹਿਣ ਲੱਗਾ ਆਉਂਦਾ ਵੀ ਤੂੰ ਜਾਣਾ ਤੇ ਜਾ ਚਲਾ ਜਾ, ਮੈਂ ਨਹੀਂ ਜਾਣਾ। ਅੱਛਾ, ਤੁਸੀਂ ਹੁਣ ਇੰਡੀਆ ਸਾਈਡ ਤੋਂ ਕਿੰਨੇ ਜਣੇ ਆਏ ਆ, ਕੌਣ ਕੌਣ ਆਇਆ? ਅਸੀਂ 10 ਬਾਈ 4 ਜਣੇ ਆ ਜੀ। ਚਾਰ ਜਣੇ ਆ ਤੁਸੀਂ ਆ, ਤੁਹਾਡਾ ਨਾਲ ਬੇਟਾ ਆ? ਅੱਛਾ, ਇਹ ਤੁਹਾਡੀ ਨੂੰਹ ਆ? ਅੱਛਾ, ਜਸਪ੍ਰੀਤ ਕੌਰ, ਹੱਥ ਲਾ ਮੜਾ ਜਾ ਤਾਂ ਕਰਕੇ, ਠੀਕ ਆ। ਤੇ ਆਪਣੇ ਭਾਈ ਗਵਿੰਦਰ ਹੁਣੀ ਆ। ਅੱਛਾ, ਤੇ ਤੁਸੀਂ ਦੱਸੋ ਜੀ, 74 ਸਾਲਾਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਆ, ਕਿਹੋ ਜਿਹਾ ਲੱਗਦਾ? ਇਸ ਤਰ੍ਹਾਂ ਲੱਗਦਾ ਵੀਰ ਜੀ, ਬਾਬਾ ਜੀ ਦੇ ਘਰ ਬੈਠੇ ਆ, ਜਿਵੇਂ ਬਾਬਾ ਜੀ ਨੇ ਦੋਵੇਂ ਹੱਥ ਲਾ ਕੇ ਸਾਨੂੰ ਮਿਲਾਇਆ। ਜਦੋਂ ਪਤਾ ਲੱਗਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਅੱਛਾ, ਸਾਨੂੰ ਇੱਕ ਆਸ ਜਾਗ ਗਈ, ਕਿਉਂਕਿ ਕਾਫੀ ਟਾਈਮ ਤੋਂ ਸਾਡੇ ਜਿਹੜੇ ਬਜ਼ੁਰਗ ਨੇ ਘਰ ਦੇ ਵਿੱਚ ਗੱਲਾਂ ਕਰਦੇ ਸਨ ਵੀ ਆਪਣਾ ਪਰਿਵਾਰ ਜਿਹੜਾ ਪਾਕਿਸਤਾਨ ਵਿੱਚ ਰਹਿ ਗਿਆ, ਉਹਨਾਂ ਨੂੰ ਪੁੱਛਣਾ ਅਸੀਂ ਵੀ ਆਪਣੇ ਜੀਆਂ ਦਾ ਕੋਈ ਐਡਰੈਸ, ਕੋਈ ਪਤਾ, ਕੋਈ ਥਾਂ ਦੱਸੋ। ਇਹ ਨੇ ਆਂਦੇ ਹੁੰਦੇ ਸਨ ਵੀ ਆਪਣਾ ਪਿੰਡ ਇਸ ਤਰ੍ਹਾਂ ਚੱਕ ਸ਼ਾਹਪੁਰੇ ਤੇ ਉਹ ਸ਼ੇਖੂਪੁਰੇ ਜ਼ਿਲ੍ਹੇ ਵਿੱਚ। ਅੱਛਾ ਜੀ, ਆਖਣਾ ਵੀ ਕੋਈ ਉਦੋਂ ਦਾ ਕੋਈ ਖਤ, ਕੋਈ ਚਿੱਠੀ, ਕੋਈ ਐਡਰੈਸ ਤੇ ਦੱਸੋ। ਆਖਣਾ ਵੀ ਇਸ ਤਰ੍ਹਾਂ ਕੋਈ ਪਤਾ ਨਹੀਂ, ਪਹਿਲਾਂ ਚਿੱਠੀਆਂ ਆਈਆਂ ਨੇ ਇੱਕ ਦੋ ਵਾਰੀ ਪਰ ਇਧਰੋਂ ਇੰਡੀਆ ਚੋਂ ਕੋਈ ਜਵਾਬ ਨਹੀਂ ਗਿਆ ਸਾਡਾ। ਠੀਕ ਆ ਜੀ, ਤੇ ਕਾਫੀ ਟਾਈਮ ਫਿਰ ਲੰਘ ਗਿਆ। ਇੱਕ ਦਿਨ ਫਿਰ ਅਸੀਂ ਇਸ ਤਰ੍ਹਾਂ ਹੀ ਵੀਡੀਓ ਵੇਖੀਆਂ, ਕੋਈ ਪਰਿਵਾਰ ਮਿਲਦੇ ਪਏ ਨੇ, ਉਹਨਾਂ ਦੀਆਂ ਕੋਈ ਇੰਡੀਆ ਦੇ ਸਨ ਬਜ਼ੁਰਗ, ਕੋਈ ਪਾਕਿਸਤਾਨ ਦੇ ਬਜ਼ੁਰਗ ਜਿਹੜੇ ਵਡੇਰੇ ਨੇ ਉਹ ਗੱਲਾਂ ਸੁਣਾਉਂਦੇ ਸਨ। ਅਸੀਂ ਫਿਰ ਸੋਚਿਆ ਕਿਉਂ ਨਾ ਵੀ ਆਪਾਂ ਵੀ ਰਾਬਤਾ ਕਰੀਏ। ਸਾਨੂੰ ਇੱਕ ਨਸ਼ਹਿਰੇ ਵਿਰਕਾਂ ਤੋਂ ਭਰਾ ਆਪਣਾ ਜਰਮਨ ਜੋਬ ਕਰਦਾ ਆ ਰਿਹਾ, ਕਾਫੀ 20 ਸਾਲ ਹੋ ਗਏ ਨੇ ਉਹਨੂੰ ਉੱਥੇ। ਉਹਨੂੰ ਮੈਂ ਆਪਣਾ ਵੀ ਦੱਸਿਆ ਵੀ ਮੈਂ ਵਿਰਕਾਂ, ਗੁਰਵਿੰਦਰ ਸਿੰਘ ਵਿਰਕ ਨਾਂ ਮੇਰਾ, ਅਤੇ ਤੁਸੀਂ ਵੀ ਵਿਰਕ ਭਰਾ ਹੋ, ਅਤੇ ਵਿਰਕ ਬਾ ਆਪਾਂ ਭਰਾ ਕੋਈ ਆਪਾਂ ਮੇਲ ਮਿਲਾਪ ਕਰੀਏ, ਆਪਾਂ ਇਕੱਠੇ ਹੋਈਏ। ਉਹਨਾਂ ਫਿਰ ਆਪਣਾ ਬੇਟਾ ਜਿਹੜਾ ਇੱਥੇ ਪਿੰਡ ਚੱਕ ਭੇਜਿਆ। ਜਦੋਂ ਚੱਕ ਆਇਆ ਤੇ ਉਹਨੇ ਪੁੱਛਿਆ ਕਿ ਵੀ ਇੱਥੇ ਸਿੱਖਾਂ ਦੇ ਘਰ ਕਿਹੜੇ ਨੇ, ਤੇ ਉਹਨੂੰ ਕਿਸੇ ਦੱਸਿਆ ਨਹੀਂ। ਅੱਛਾ, ਇੱਕਦਮ ਉਹਨੂੰ ਡਰਾ ਦਿੱਤਾ, ਉਹ ਬੱਚਾ ਸੀ 18-20 ਸਾਲ ਦਾ, ਉਹ ਡਰ ਗਿਆ। ਫਿਰ ਉਹਦੇ ਜਿਹੜਾ ਪਿਤਾ ਜਿਹੜਾ ਬਾਹਰ ਜਰਮਨ ਸੀ, ਉਹਨੇ ਜਾ ਕੇ ਤੇ ਦੱਸਿਆ ਉਹਨਾਂ ਨੂੰ ਵੀ ਇੱਥੇ ਕੋਈ ਕਿਸੇ ਬਜ਼ੁਰਗ ਨੂੰ ਮਿਲੋ, ਕੋਈ 80 ਸਾਲ 90 ਸਿਆਣੇ ਬੰਦੇ ਨੂੰ ਮਿਲੋ, ਉਹ ਦੱਸ ਸਕਦਾ। ਉਹ ਵੀਰ ਜੀ ਜਦੋਂ ਕੁਦਰਤੀ ਜਾ ਕੇ ਉਹਨਾਂ ਦੇ ਕੋਲ ਉਹਨਾਂ ਨੂੰ ਮਿਲਿਆ ਨਾ,
ਤੇ ਉਹ ਬਾਬੇ ਨੇ ਪਹਿਲਾਂ ਤੇ ਬੜਾ ਹੈਰਾਨ ਹੋ ਕੇ ਪੁੱਛਿਆ ਵੀ ਤੁਸੀਂ ਕਿਉਂ ਪੁੱਛਦੇ ਹੋ ਉਹਨਾਂ ਬਾਰੇ ਉਸ ਪਰਿਵਾਰ ਆ 70 75 ਸਾਲ ਬਾਅਦ ਇੱਕ ਗੱਲ ਨੂੰ ਉਹ ਸਿੱਖ ਸਨ ਤੁਸੀਂ ਇੱਥੋਂ ਦੇ ਮੁਸਲਮਾਨ ਤੁਹਾਡੇ ਕੀ ਲੱਗਦੇ ਨਾ ਉਹ ਫਿਰ ਜਦੋਂ ਉਹਨੇ ਦੱਸਿਆ ਵੀ ਇਸ ਤਰ੍ਹਾਂ ਇੰਡੀਆ ਤੋਂ ਸਾਨੂੰ ਮੈਸੇਜ ਆਇਆ ਸੀ ਤੇ ਉਹਨਾਂ ਦੀ ਪੜਤਾਲ ਕਰਨ ਆਇਆ ਜੀ ਜਦੋਂ ਬਾਬੇ ਨੇ ਫਿਰ ਆਖਿਆ ਨਾ ਵੀ ਬਿਲਕੁਲ ਸਹੀ ਟਿਕਾਣੇ 'ਤੇ ਆ ਗਏ ਹੋ ਮੈਂ ਜਿਹੜਾ ਉਹਨਾਂ ਦੇ ਦਾਦੇ ਦਾ ਅੱਗੋਂ ਉਹਨੇ ਮੈਨੂੰ ਪੁੱਤਰ ਬਣਾਇਆ ਸੀ ਅੱਛਾ ਹਾਂ ਅਤੇ ਮੈਂ ਹੀ ਉਸ ਪਰਿਵਾਰ ਦਾ ਅੱਗੋਂ ਸਾਰਾ ਉਹ ਜਿਹੜੀ ਅੱਗੋਂ ਉਹਨਾਂ ਦੇ ਬੇਟੀ ਸੀ ਉਹਦਾ ਵਿਆਹ ਵੀ ਮੈਂ ਕੀਤਾ ਆਪ ਆਪਣੇ ਹੱਥੀਂ ਕੀਤਾ ਅਤੇ ਉਹ ਬਾਬੇ ਦਾ ਨਾਂ ਵੀ ਮੈਂ ਥੋੜ੍ਹਾ ਮੈਨੂੰ ਚੇਤਾ ਨਹੀਂ ਇਹ ਦੱਸ ਦੇਣਗੇ ਬਾਬਾ ਬਸ਼ੀਰ ਬਾਬਾ ਬਸ਼ੀਰ ਅੱਜ ਵੀ ਉਹ ਆਪਣੇ ਪਿੰਡ ਉੱਥੇ ਜਿਉਂਦੇ ਜਾਗਦੇ ਤਗੜੇ ਨੇ ਪਰਿਵਾਰ ਵਾਲੇ ਨੇ ਬੜਾ ਵਧੀਆ ਕੰਮ ਕੀਤਾ ਜੀ ਉਹਨਾਂ ਨੇ ਹਾਂ ਉਹ ਕਿਹੜੀ ਬਰਾਦਰੀ ਦੇ ਜੀ ਕੁਮਾਰ ਹਾਂਜੀ ਅਤੇ ਬਾਬਾ ਬਸ਼ੀਰ ਜੀ ਨੇ ਫਿਰ ਆਖਿਆ ਵੀ ਇਸ ਤਰ੍ਹਾਂ ਨਹੀਂ ਸ਼ਨੀਵਾਰ ਦਾ ਦਿਨ ਸੀ ਜਿੱਦਣ ਸਾਡਾ ਮੇਲ ਹੋਇਆ ਕੋਈ ਜੂਨ ਜੁਲਾਈ ਦਾ ਮਹੀਨਾ ਤੁਸੀਂ ਸਾਨੂੰ ਪਾਕਿਸਤਾਨੀਆਂ ਨੂੰ ਦੱਸੋ ਵੀ ਸ਼ਨੀਵਾਰ ਕਿਹਨੂੰ ਕਹਿੰਦੇ ਸਾਨੂੰ ਨਹੀਂ ਪਤਾ ਸ਼ਨੀਵਾਰ ਤੁਸੀਂ ਹੁਣ ਅੰਗਰੇਜ਼ੀ 'ਚ ਜੇ ਮੈਂ ਦੱਸਾਂ ਜਿਹਨੂੰ ਤੁਸੀਂ ਸੈਚਰਡੇ ਕਹਿੰਦੇ ਹੋ ਸੈਚਰਡੇ ਸ਼ਨੀਵਾਰ ਅਸੀਂ ਉਹਨੂੰ ਕਹਿੰਦੇ ਅਤੇ ਐਤਵਾਰ ਹੋ ਗਿਆ ਸੰਡੇ ਹਾਂਜੀ ਉਹ ਐਤਵਾਰ ਵਾਲੇ ਦਿਨ ਆਏ ਨੇ ਅੱਜ ਸਾਡੇ ਫੁੱਫੜ ਜੀ ਰਿਆਜ਼ ਫੁੱਫੜ ਜੀ ਆਏ ਨੇ ਅੱਛਾ ਇਹਨਾਂ ਕਿਹੜੇ ਆ ਜੀ ਫੁੱਫੜ ਜੀ ਤੁਹਾਡੇ ਤੁਹਾਡੇ ਫੁੱਫੜ ਜੀ ਕਿਹੜੇ ਇੱਥੇ ਬੈਠੇ ਲੱਗੇ ਆਹ ਬੈਠੇ ਜੀ ਮਾਸ਼ਾਅੱਲਾ ਫੁੱਫੜ ਜੀ ਜਿਹਨਾਂ ਦਾ ਪੰਜਾਬੀ ਫਿਲਮਾਂ 'ਚ ਅਕਸਰ ਰੌਲਾ ਬਣਦਾ ਫੁੱਫੜ ਦਾ ਜੀ ਫੁੱਫੜ ਦਾ ਰੌਲਾ ਬਣਦਾ ਨਾ ਪੰਜਾਬੀ ਫਿਲਮਾਂ 'ਚ ਉਹੀ ਫੁੱਫੜ ਆ ਅੱਛਾ ਮੌਕੇ ਤੇ ਆਉਂਦਾ ਫੁੱਫੜ ਆਪਣੀ ਲੋਈ ਚੁੱਕ ਕੇ ਤੁਰ ਪੈਂਦਾ ਜੀ ਇਹਨਾਂ ਦੇ ਬੇਟੇ ਦਾ ਫਿਰ ਵਿਆਹ ਸੀ ਉਦੋਂ ਅੱਛਾ ਉਹ ਫਿਰ ਬਾਬਾ ਬਸ਼ੀਰ ਉਦਣ ਆਏ ਆਪਣੇ ਨਾਲ ਉਹ ਪੋਤਰੇ ਨੂੰ ਲੈ ਕੇ ਆਏ ਕਿਉਂਕਿ ਉਹਨਾਂ ਨੂੰ ਤੇ ਫਿਰ ਨਹੀਂ ਸੀ ਪਤਾ ਇੰਨਾ ਫੋਨ ਚਲਾਉਣ ਦਾ ਉਹਨਾਂ ਫਿਰ ਉੱਥੇ ਬਹਿ ਕੇ ਸਾਨੂੰ ਵੀਡੀਓ ਕਾਲ ਕਰਾਈ ਅੱਛਾ ਵੀਡੀਓ ਕਾਲ ਕਰਾਉਂਦੇ ਹੀ ਸਾਡੇ ਫੁੱਫਾ ਜੀ ਹਾਂਜੀ ਸਾਹਿਬ ਇਹਨਾਂ ਨੇ ਫਿਰ ਗੱਲ ਕੀਤੀ ਇਹਨਾਂ ਮੈਨੂੰ ਪੁੱਛਿਆ ਸਾਰਾ ਪਰਿਵਾਰ ਬਾਰੇ ਵੀ ਆ ਤੁਹਾਡੇ ਦਾਦਾ ਜੀ ਦਾ ਨਾਂ ਸੀ ਤੁਸੀਂ ਉਹਨਾਂ ਦੇ ਅੱਗੋਂ ਕੀ ਲੱਗਦੇ ਹੋ ਫਿਰ ਮੈਂ ਦੱਸਿਆ ਮੈਂ ਪੋਤਰਾ ਉਹਨਾਂ ਦਾ ਫਿਰ ਸਾਡੀ ਜਦੋਂ ਪਤਾ ਲੱਗਾ ਵੀ ਇਸ ਤਰ੍ਹਾਂ ਵੀਡੀਓ ਕਾਲ ਆਈ ਹੈ ਸਾਡੇ ਭਰਜਾਈ ਆਏ ਨੇ ਭਾਬੀ ਫਰਜਾਨਾ ਜੀ ਫਿਰ ਇਹਨਾਂ ਮੈਨੂੰ ਕਾਲ ਕੀਤੀ ਅੱਛਾ ਇਹਨਾਂ ਗੱਲਬਾਤ ਕੀਤੀ ਇਹਨਾਂ ਗੱਲਬਾਤ ਕਰਕੇ ਸਾਰੇ ਪਰਿਵਾਰ ਨੂੰ ਦੱਸਿਆ ਇੱਧਰ ਸਾਡੇ ਭੈਣ ਹੈ ਭੈਣ ਸਹਿਮਾ ਜਦੋਂ ਫਿਰ ਇਹਨਾਂ ਨੂੰ ਪਤਾ ਲੱਗਾ ਨਾ ਉਹ ਫਿਰ ਮੈਂ ਤੁਹਾਨੂੰ ਕੀ ਦੱਸਾਂ ਉਹ ਕਹਾਣੀ ਵੀ ਉਹ ਇਮੋਸ਼ਨਲ ਸੀਨ ਸੀ ਸਾਰੇ ਉਹ ਅੰਦਰ ਵੀ ਜੋ ਸਾਡੀ ਉਹ ਭੂਆ ਸੀ ਨਾ ਤੇ ਉਹ ਸਾਨੂੰ ਯਾਦ ਕਰਦੀ ਹਾਏ ਹਾਏ ਇੱਥੋਂ ਦੁਨੀਆ ਤੋਂ ਚਲੀ ਗਈ ਦੁਨੀਆ ਚਲੀ ਆਖਰੀ ਟਾਈਮ ਆਂਦੀ ਮੈਂ ਸਾਰੀ ਜ਼ਿੰਦਗੀ ਤੁਹਾਨੂੰ ਲੱਭਿਆ ਪਰ ਤੁਸੀਂ ਵੀ ਆਸ ਨਾ ਛੱਡਿਆ ਜੇ ਵੀ ਤੁਸੀਂ ਲੱਭ ਉਹ ਕਹਿੰਦੇ ਨਾ ਮਰਿਆਂ ਨੂੰ ਸਬਰ ਹੋ ਜਾਂਦਾ ਜੀਂਦਿਆਂ ਨੂੰ ਸਬਰ ਨਹੀਂ ਹੁੰਦਾ ਉਹ ਗੱਲ ਸੀ ਤੇ ਅੱਜ ਭੈਣਾਂ ਇੱਥੇ ਆਈਆਂ ਨੇ ਮੈਂ ਹੁਣ ਇਹਨਾਂ ਨੂੰ ਕੀ ਦਿਆਂ ਮੈਂ ਆ ਕੋਲ ਬੈਠੀਆਂ ਨੇ ਤੁਸੀਂ ਆਪ ਇਹਨਾਂ ਨੂੰ ਪੁੱਛੋ ਅੱਜ ਸਾਨੂੰ ਇੰਨਾ ਚਾਹ ਇਹਨਾਂ ਬਾਬੇ ਦੇ ਘਰ ਬਹਿ ਕੇ ਤੇ ਇੱਧਰ ਮੈਂ ਈਦ ਵਾਲਾ ਦਿਨ ਹੀ ਆ ਸਮਝ ਲਓ ਬਣਿਆ ਤੁਹਾਡੇ ਲਈ ਤਾਂ ਹਾਂ ਆਹ ਮੇਰੇ ਵੀਰ ਬੈਠੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਮੈਨੂੰ ਕਾਲ ਕੀਤੀ ਕਹਿੰਦੇ ਗੁਰਵਿੰਦਰ ਤੋਂ ਫਿਕਰ ਨਾ ਕਰ ਜਦੋਂ ਤੁਸੀਂ ਇਕੱਠੇ ਮੈਂ ਕਰਾਵਾਂਗਾ ਤੁਹਾਨੂੰ ਬਹਿ ਕੇ ਤੁਹਾਨੂੰ ਯਾਦਗਿਰੀ ਇੱਥੇ ਅਤੇ ਅੱਜ ਆਹ ਵੀਰ ਵੀ ਮੇਰਾ ਆਇਆ ਅੱਜ ਇੰਨਾ ਚਾਹ ਆਪਣੇ ਘਰ ਬੈਠਾ ਵੈ ਸਾਰਾ ਮੇਰਾ ਪਰਿਵਾਰ ਇੱਥੇ ਬੈਠਾ ਕਿਆ ਬਾਤ ਹੈ ਅਤੇ ਸਾਰੇ ਮੈਨੂੰ ਮਿਲਣ ਆਏ ਨੇ ਮੇਰੀਆਂ ਭੈਣਾਂ ਮੇਰੇ ਭਰਜਾਈਆਂ ਸਾਰੇ ਪਰਿਵਾਰ ਬੱਚੇ ਦਾ ਫੁੱਫਾ ਜੀ ਸਾਡੇ ਹੁਣ ਹੁੰਦਾ ਇੱਕ ਪਰਿਵਾਰ ਸਹੁਰਿਆਂ 'ਚ ਆਉਂਦਾ ਹਰ ਇੱਕ ਨੂੰ ਚਾਹ ਹੁੰਦਾ ਆਪਣੇ ਸਹੁਰਿਆਂ ਘਰ ਆਈਏ ਅਸੀਂ ਬਹੀਏ ਆ ਕੇ ਬੱਚਿਆਂ ਨੂੰ ਹੁੰਦਾ ਨਾਨਕਿਆਂ ਦੇ ਘਰ ਬਿਲਕੁਲ ਜੀ ਬਿਲਕੁਲ ਸਾਰੀ ਉਮਰ ਵਿਚਾਰੇ ਈਦ ਆਉਣੀ ਤਾਂ ਇਹਨਾਂ ਵੇਖਣਾ ਮੂੰਹ ਚੁੱਕੇ ਸਾਡਾ ਵੀ ਕੋਈ ਹੋਵੇ ਸਾਡਾ ਵੀ ਨਾਨਕੇ ਹੁੰਦੇ ਤੇ ਇਹਨਾਂ ਨੂੰ ਵੀ ਸੀ ਮੇਰੇ ਵੀ ਸਹੁਰਿਆਂ ਦੇਖੋ ਜੀ ਕਮੀ ਤਾਂ ਹੈ ਨਾ ਰਿਸ਼ਤਿਆਂ ਦੀ ਬੜੀ ਕਮੀ ਚਲੋ ਰੱਬ ਨੇ ਇੱਕ ਵਸੀਲਾ ਬਣਾਇਆ ਕਰਤਾਰਪੁਰ ਕੋਰੀਡੋਰ ਦਾ ਦੇਖੋ ਜੀ ਹੁਣ ਜਿਹਨੇ ਫੈਮਲੀਆਂ ਨੂੰ ਕਰਤਾਰਪੁਰ ਕੋਲੀ ਮਿਲਾ ਦਿੱਤਾ ਆਪਸ ਵਿੱਚ ਉਹਦੇ 'ਚ ਬਹੁਤ ਸਾਰੀਆਂ ਵਿਛੜੀਆਂ ਫੈਮਲੀਆਂ ਮਿਲਦੀਆਂ ਅਤੇ ਤੁਸੀਂ ਕੀ ਕਹੋਗੇ ਇਮਰਾਨ ਖਾਨ ਸਾਹਿਬ ਮੈਂ ਇਮਰਾਨ ਖਾਨ ਸਾਹਿਬ ਦਾ ਦਿਲੋਂ ਧੰਨਵਾਦ ਕਰਨਾ ਇੰਨਾ ਕੁ ਉਹਨਾਂ ਦਾ ਸ਼ੁਕਰਗੁਜ਼ਾਰ ਹੁੰਦਾ ਕਿ ਇਹੋ ਜਿਹਾ ਵਜ਼ੀਰ ਆਦਮ ਸਾਰੀ ਦੁਨੀਆ ਨੂੰ ਮਿਲੇ ਜਨਰਲ ਬਾਜਵਾ ਸਾਹਿਬ ਅਤੇ ਆਪਣਾ ਦੂਜੇ ਸਿੱਧੂ ਸਾਹਿਬ ਜਿਹਨਾਂ ਸਿੱਧੂ ਸਾਹਿਬ ਦੇ ਤਾਂ ਕਹਿਣੇ ਕੀ ਆਉਣ ਜਨਰਲ ਬਾਜਵਾ ਦੀ ਇੱਕ ਜੱਫੀ ਪਤਾ ਨਹੀਂ ਕਿੰਨੀਆਂ ਜੱਫੀਆਂ ਬਣ ਕੇ ਆਈਏ ਹਜੇ ਹੋਰ ਜੱਫੀਆਂ ਪੈਣੀਆਂ ਨੇ ਹੋਰ ਪੈਣੀਆਂ ਨੇ ਬਾਬੇ ਦੇ ਘਰ ਬੜੀਆਂ ਜੱਫੀਆਂ ਪੈਣੀਆਂ ਨੇ ਅਤੇ ਵੀ ਪੈਂਦੀਆਂ ਰਹਿਣੀਆਂ ਅੱਛਾ ਜੀ ਆਪਾਂ ਹੁਣ ਥੋੜ੍ਹਾ ਜਿਹਾ ਪੁੱਛਦੇ ਹਾਂ ਬੀਬੀਆਂ ਤੋਂ ਵੀ ਤੁਹਾਨੂੰ ਕਿੱਦਾਂ ਲੱਗਾ ਵੀ ਆਪਣੇ ਇੱਕ ਐਸੇ ਰਿਸ਼ਤੇਦਾਰ ਮਿਲੇ ਜਿਹੜੇ ਬਾਰਡਰ ਤੋਂ ਪਾਰ ਆ ਮਜ਼ਹਬ ਦਾ ਵੀ ਫਰਕ ਹੈ ਕਿਹੋ ਜਿਹਾ ਲੱਗਾ ਤੁਹਾਨੂੰ ਬਹੁਤ ਹੀ ਅੱਛਾ ਲੱਗਾ ਸਭ ਤੋਂ ਪਹਿਲਾਂ ਮੈਂ ਹੀ ਗੱਲ ਕੀਤੀ ਭਾਈ ਯਾਰਾਂ ਨਾਲ ਅੱਛਾ ਤੇ ਮੈਨੂੰ ਇੰਨਾ ਲੱਗਾ ਕਿ ਮੇਰਾ ਦਿਲ ਕਰੇ ਕਿ ਅੱਜ ਹੀ ਨਾ ਇਹ ਕੋਲ ਬਹਿਣ ਤੇ ਇਹਨਾਂ ਦੇ ਨਾਲ ਬਹਿ ਕੇ ਅਸੀਂ ਖਾਣਾ ਖਾਈਏ ਕਿ ਇੰਝ ਦਾ ਵਈ ਸਾਨੂੰ ਫੀਲ ਬਹੁਤ ਹੀ ਅੱਛੇ ਭਾਈ ਨੇ ਸਾਡੇ ਅੱਛਾ ਮੇਰਾ ਦੇਵਰਾ ਨਹੀਂ ਹੈ ਮੇਰੀ ਇਹਦੇ ਨਾਲ ਮੇਰੀ ਗੱਲ ਹੁੰਦੀ ਰਹੀ ਅੱਛਾ ਤੇ ਬੱਚਿਆਂ ਨਾਲ ਹੁੰਦੀ ਰਹੀ ਸਾਊਦੀ ਅਰਬੇ ਦਾ ਭਾਈ ਹੈ ਉਹਦੇ ਨਾਲ ਹੋਈ ਇਹਨਾਂ ਦੀ ਗੱਲ ਅੱਛਾ ਇਹਨਾਂ ਨਾਲ ਮੁਲਾਕਾਤ ਇਹਨਾਂ ਦੀ ਹੋਈ ਕੀ ਬਾਤ ਹੈ ਅੱਜ 7-8 ਮਹੀਨੇ ਤੋਂ ਸਾਡੀ ਇਹਨਾਂ ਦੀ ਮੁਲਾਕਾਤ ਚੱਲ ਰਹੀ ਹੈ ਤਾਂ ਜੋ ਰਿਜਨਲ ਤੇ ਇੱਕ ਤਰੀਕੇ ਨਾਲ ਮਿਲੇ ਹਾਂ ਅੱਛਾ ਦੇਖ ਲਓ ਕਿੰਨਾ ਖੁਸ਼ਗਵਾਰ ਹੁੰਦਾ ਜਦੋਂ ਇੱਕ ਐਸੀ ਫੈਮਿਲੀ ਨਾਲ ਤੁਹਾਡੀ ਮੁਲਾਕਾਤ ਹੁੰਦੀ ਜਿਹੜੀ ਤੁਹਾਡੀ ਮੈਂ ਕਹਿੰਦਾ ਪੌਣੀ ਸਦੀ ਹੋ ਚੱਲੀ ਹੈ ਇਹ ਪਤਾ ਹੀ ਨਹੀਂ ਸੀ ਇੱਕ ਦੂਸਰੇ ਤੋਂ ਲੇਕਿਨ
ਮੈਂ ਸਾਹਮਣੇ ਹਰ ਤਰ੍ਹਾਂ ਦਾ ਰਿਸ਼ਤਾ ਸਾਹਮਣੇ ਆ ਗਿਆ ਤੁਹਾਡੇ ਅਮਾ ਜੀ ਸਨ ਨਾ ਉਹ ਅਕਸਰ ਉਹਨਾਂ ਦਾ ਪਹਿਲਾਂ ਮੈਂ ਹੀ ਸਾਂ ਵੱਡੀ ਸਾਂ ਸਾਰੀ ਮੇਰੇ ਨਾਲ ਇਹ ਗੱਲ ਹੁੰਦੀ ਸੀ ਮੇਰਾ ਵੀ ਕੋਈ ਹੁੰਦਾ ਤੇ ਈਦ ਲੈ ਕੇ ਆਉਂਦਾ ਦੇਖੋ ਜੀ ਮੇਰਾ ਵੀ ਕੋਈ ਹੁੰਦਾ ਭੈਣਾਂ ਨੂੰ ਭਰਾਵਾਂ ਦੀ ਹਰ ਦੌਰ ਦੇ ਵਿੱਚ ਹਰ ਟਾਈਮ ਦੇ ਵਿੱਚ ਲੋੜ ਹੁੰਦੀ ਹੈ ਮੈਂ ਜ਼ਿਆਦਾ ਅਮਾਰਾ ਕੋਲ ਉਹਨਾਂ ਨੂੰ ਆਂਦੇ ਸਾਂ ਟਾਈਮ ਦਿਓ ਜੀ ਤੁਸੀਂ ਟਾਈਮ ਇਹਨਾਂ ਨੂੰ ਦਿਓ ਕਿ ਹਰ ਵਕਤ ਰਾਤ ਨੂੰ ਇਹ ਹੀ ਉਹਨਾਂ ਦਾ ਅੱਲਾ ਦਾ ਸ਼ੁਕਰ ਹੈ ਠੀਕ ਠਾਕ ਨੇ ਸਾਰੇ ਅੱਬਾ ਜੀ ਵੀ ਬਾਹਰ ਸਨ ਇਹਨਾਂ ਦਾ ਬੇਟਾ ਵੀ ਬਾਹਰ ਹੈ ਲੇਕਿਨ ਅੰਮਾ ਦਾ ਇਹ ਮਿਸ਼ਨ ਸੀ ਕਿ ਸਾਨੂੰ ਨਾ ਮੇਰੇ ਵੀ ਮਿਲਦੇ ਨੇ ਮੈਨੂੰ ਵੀ ਮਿਲਣ ਕਿਆ ਬਾਤ ਮੇਰੇ ਵੀ ਭਾਈ ਮਿਲਣ ਉਹਨਾਂ ਦੀ ਜ਼ਿੰਦਗੀ ਤਾਂ ਨਹੀਂ ਹੋਇਆ ਮੁਮਕਿਨ ਲੇਕਿਨ ਹੁਣ ਤੁਸੀਂ ਦੇਖ ਲਿਆ ਤੁਹਾਨੂੰ ਕਿੱਦਾਂ ਲੱਗਾ ਜੀ ਭਰਜਾਈ ਹੈ ਜੀ ਕੀ ਨਾਮ ਆ ਜੀ ਤੁਹਾਡਾ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਕਿੱਦਾਂ ਲੱਗਾ ਤੁਹਾਨੂੰ ਆ ਕੇ ਇੱਥੇ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਆਪਣੀਆਂ ਭੈਣਾਂ ਨੂੰ ਮਿਲੇ ਆ ਭਰਾਵਾਂ ਨੂੰ ਮਿਲੇ ਆ ਬਜ਼ੁਰਗ ਆਪਣੇ ਮਿਲੇ ਆ ਹਾਂਜੀ ਬਹੁਤ ਵਧੀਆ ਲੱਗਿਆ ਅੱਛਾ ਤੁਹਾਨੂੰ ਮਾਤਾ ਜੀ ਕਿੱਦਾਂ ਲੱਗਾ ਥੋੜੇ ਉੱਚੀ ਬੋਲੋ ਉੱਚੀ ਬੋਲਣਾ ਭੈਣ ਭਰਾ ਮਿਲੇ ਨੇ ਸਾਡੇ ਬੱਚੇ ਮਿਲੇ ਨੇ ਹਾਂ ਹਾਂ ਬਹੁਤ ਅੱਛਾ ਲੱਗਾ ਸਾਨੂੰ ਮਿਲ ਕੇ ਅੱਛਾ ਬਹੁਤ ਖੁਸ਼ੀ ਆਈ ਹੈ ਵੀ ਸਾਡਾ ਪਰਿਵਾਰ ਸਾਨੂੰ ਲੱਭ ਗਿਆ ਕਿੰਨੀ ਕੁ ਤਾਂਘ ਸੀ ਜਦੋਂ ਪਤਾ ਲੱਗਾ ਵੀ ਆਪਾਂ ਹੁਣ ਮਿਲਣ ਜਾਣਾ ਆ ਸਾਨੂੰ ਇਹ ਸੀ ਵੀ ਹੁਣੇ ਹੀ ਕਿਹੜੀ ਕੋੜ ਕੇ ਚੱਲ ਜਾਈਏ ਜਾਈਏ ਉਹਨਾਂ ਕੋਲ ਮਿਲੀਏ ਸਾਨੂੰ ਅੱਛਾ ਜਿੱਦਾਂ ਜਿੱਦਾਂ ਆਪਾਂ ਨੇੜੇ ਆਉਂਦੇ ਰਹੇ ਕੀ ਦਿਲ ਦੀਆਂ ਧੜਕਣਾਂ ਤੇਜ਼ ਹੁੰਦੀਆਂ ਰਹੀਆਂ ਵੀ ਹੁਣ ਸਾਹਮਣੇ ਖੜੇ ਹੋਣੇ ਮਿਲਣਾ ਹੈ ਸਵੇਰ ਤੇ ਆ ਕੇ ਬਹਿ ਗਏ ਦੇਖੋ ਜੀ ਇੰਤਜ਼ਾਰ ਕਰਨਾ ਬਹੁਤ ਔਖਾ ਹੈ ਸਾਨੂੰ ਸਾਹਿਬ ਮੈਂ ਤੁਹਾਨੂੰ ਦੱਸਾਂ ਮੈਨੂੰ ਗਵਿੰਦਰ ਭਾਈ ਦੀ ਨਾ ਸਵੇਰੇ 4 ਵਜੇ ਕਾਲ ਆ ਗਈ ਮੈਂ ਰਾਤੀ 1 ਵਜੇ ਸੁੱਤਾ ਮੈਂ ਕਿਹਾ ਮੈਂ ਸਵੇਰੇ 7 ਵਜੇ ਉੱਠੂ ਤੇ ਮੈਨੂੰ 4 ਵਜੇ ਕਾਲ ਆ ਗਈ ਵੀ ਕਹਿੰਦਾ ਯਾਰ ਮੈਂ ਤੇ ਆਪਣਾ ਡੇਰਾ ਸਾਹਿਬ ਆਇਆ ਬਸ ਡੇਰਾ ਬਾਬਾ ਨਾਨਕ ਸਾਹਿਬ ਆਇਆ ਬੈਠਾ ਮੈਂ ਤੇ ਪਹਿਲੀ ਗੱਡੀ ਤੇ ਫੜ ਕੇ ਪਾਕਿਸਤਾਨ ਆ ਜਾਣਾ ਤੇ ਫਿਰ ਉਹ ਨਾ ਉਸ ਤੋਂ ਬਾਅਦ ਮੇਰੀ ਵੀ ਅੱਖ ਨਹੀਂ ਲੱਗੀ ਤੇ ਮੈਂ ਤੇ ਸੌਂ ਗਿਆ ਲੇਕਿਨ ਇਹ 4 ਵਜੇ ਫੋਨ ਆ ਗਿਆ ਜਿਹੜੇ ਬੰਦਾ 4 ਵਜੇ ਤੱਕ ਜਾਗਦਾ ਰਿਹਾ ਤੁਸੀਂ ਉਹਦੀ ਫੀਲਿੰਗ ਆਪੇ ਦੱਸੋ ਬਿਲਕੁਲ ਜੀ ਉਹ ਤਾਂ ਨੀਂਦ ਹੀ ਨਹੀਂ ਆਉਂਦੀ ਤੋਂ ਸਵੇਰੇ 4 ਵਜੇ ਤੇ ਕਿਵੇਂ ਪਹੁੰਚ ਗਏ ਅਸੀਂ ਕੱਲ ਤੋਂ ਤੇ ਨਹੀਂ ਸਵੇਰੇ ਆਏ ਸੀ ਅਸੀਂ ਕੱਲ ਤੇ ਆਏ ਆ ਇੱਥੇ ਡੇਰੇ ਬਾਬੇ ਨਾਨਕ ਤੇ ਰਾਤ ਉੱਥੇ ਰਹੇ ਅਸੀਂ ਰਾਤ ਉੱਥੇ ਰਹੇ ਆ ਪਰ ਰਾਤ ਵੀ ਨਹੀਂ ਅਸੀਂ ਸੁੱਤੇ ਹੀ ਨਹੀਂ ਰਾਤ ਨਹੀਂ ਨੀਂਦ ਆਉਂਦੀ ਕਿੱਥੇ ਨੀਂਦ ਆਉਂਦੀ ਆ ਇੱਕ ਮਿੰਟ ਵੀ ਨਹੀਂ ਨੀਂਦ ਹਾਂ ਐਕਸਾਈਟਮੈਂਟ ਹੀ ਇੰਨੀ ਹੁੰਦੀ ਆ ਬਾਰਡਰ ਤੇ ਉੱਥੇ ਲਾਈਟ ਜਗਦੀ ਵੇਖੀ ਮਖਾ ਬਾਰਡਰ ਰਾਤ ਉੱਥੇ ਨੇੜੇ ਪਹੁੰਚ ਗਏ ਕੀ ਬਾਤ ਸਵੇਰੇ ਕਿਹੜੀ ਘੜੀ ਜੇ 8 ਵਜਣ ਅਸੀਂ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਆ ਅੱਛਾ ਤੁਸੀਂ ਦੇਖੇ ਤਾਂ ਹੈ ਨਹੀਂ ਜੀ ਸਾਰੇ ਇੱਕ ਫੋਟੋ ਤੇ ਵੀਡੀਓ ਤੇ ਦੇਖ ਲਏ ਹੋਣੇ ਸਾਰੇ ਵੀ ਜੀ ਕਿਦਾਂ ਦੇ ਆ ਵੀਡੀਓ ਕਰ ਲਾਂ ਤੇ ਫਿਰ ਅੱਛਾ ਕਈ ਵਾਰੀ ਹੁੰਦਾ ਨਾ ਕਈਆਂ ਜੀਆਂ ਨਾਲ ਬੰਦਾ ਦੇਖਿਆ ਨਹੀਂ ਹੁੰਦਾ ਨਕਸ਼ਾ ਆਪਣੇ ਆਪ ਹੀ ਜ਼ਿਹਨ 'ਚ ਹੋਰ ਤਰ੍ਹਾਂ ਦਾ ਬਣਾਇਆ ਹੁੰਦਾ ਆ ਫਿਰ ਸਾਹਮਣੇ ਜਦੋਂ ਆਉਂਦੇ ਬੰਦਾ ਦੇਖਦਾ ਯਾਰ ਮੈਂ ਕੁਝ ਸੋਚਿਆ ਸੀ ਮਤਲਬ ਛਬੀ ਬਣਾਈ ਹੁੰਦੀ ਨਾ ਇੱਕ ਆਪਣੀ ਛਬੀ ਬਣੀ ਸੋਵੇਂ ਦੀ ਅੱਛਾ ਅੱਛਾ ਗਵਿੰਦਰ ਭਾਈ ਅਸਲ ਤਾਂ ਰਿਸ਼ਤੇ ਦੀ ਮਿਠਾਸ ਹੁੰਦੀ ਪਿਆਰ ਹੁੰਦਾ ਉਹ ਚੀਜ਼ ਹੁੰਦੀ ਆ ਸ਼ਕਲਾਂ ਸੂਰਤਾਂ ਤਾਂ ਰੱਬ ਨੇ ਸੋਹਣੀਆਂ ਬਣਾਈਆਂ ਸਾਰੀਆਂ ਤੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਹੀ ਬੜਾ ਕੰਮ ਆ ਇੱਕ ਕੋਰੀਡੋਰ ਦੇ ਜ਼ਰੀਏ ਨਾਲ ਜਿਹੜਾ ਤੁਸੀਂ ਆਪਣੇ ਅਜ਼ੀਜ਼ੋ ਗਾਰਬ ਵਿਛੜੇ ਹੋਏ ਇੱਕ ਦੂਸਰੇ ਨੂੰ ਮਿਲਦੇ ਆ ਔਰ ਤੁਹਾਡੇ ਜਿਹੜੀ ਇਹ ਠੰਡਕ ਜਿਹੜੀ ਆ ਨਾ ਮੇਰਾ ਖਿਆਲ ਆ ਵੀ ਕਿਸੇ ਸ਼ੈਨ ਨਹੀਂ ਪੈਂਦੀ ਹੋਣੀ ਜਿਹੜੀ ਇਹ ਮਿਲ ਕੇ ਪੈਂਦੀ ਇੱਕ ਦੂਸਰੇ ਗਵਿੰਦਰ ਭਾਈ ਜਦੋਂ ਸਵੇਰੇ ਉੱਠ ਗਏ ਤੁਸੀਂ ਫਿਰ ਕਿੰਨੇ ਕੁ ਵਜੇ ਉੱਧਰ ਆ ਗਏ ਬਾਰਡਰ ਤੇ ਪੇਪਰ ਸ਼ੇਪਰ ਲੈ ਕੇ ਅਸੀਂ 8 ਵਜੇ ਉਹਨਾਂ ਕਿਹਾ ਸੀ ਅਸੀਂ 8 ਵਜੇ ਤੋਂ ਪਹਿਲਾਂ ਉੱਥੇ ਖੜੇ ਸੀ 8 ਵਜੇ ਤੋਂ ਪਹਿਲੇ ਤੁਸੀਂ ਉੱਥੇ ਖੜੇ ਸੀ ਪਹਿਲਾਂ ਖੜੇ ਸੀ ਤੇ ਕਿੰਨੇ ਕੁ ਵਜੇ ਤੁਹਾਡਾ ਉਧਰੋਂ ਕਲੀਅਰੈਂਸ ਹੋ ਗਈ ਜਦੋਂ ਤੁਸੀਂ ਬਾਰਡਰ ਟੱਪੇ ਉਦੋਂ ਕਿੰਨਾ ਕੁ ਟਾਈਮ ਸੀ 9 ਵਜੇ ਅਸੀਂ ਇੱਥੇ ਸਾਂ ਤੁਹਾਡੇ ਇੱਥੇ 9:30 ਦੇ ਟਿਕਟ ਅਸੀਂ ਇੱਥੇ ਆ ਗਏ ਸਾਂ ਤੇ ਜਦੋਂ ਬਾਰਡਰ ਟੱਪਿਆ ਪਹਿਲਾ ਕਦਮ ਰੱਖਿਆ ਪਾਕਿਸਤਾਨ 'ਚ ਉਦੋਂ ਦੀ ਫੀਲਿੰਗ ਕੀ ਸੀ ਇਹ ਦੱਸੋ ਉਹ ਦੱਸਾਂ ਮੈਂ ਤੁਹਾਨੂੰ ਪਰਿਵਾਰ ਮੇਰਾ ਕੋਲ ਬੈਠਾ ਮੇਰਾ ਜੀ ਕਰਦਾ ਸੀ ਮੈਂ ਵੀ ਉਹ ਧਰਤੀ ਨੂੰ ਇਸ ਤਰ੍ਹਾਂ ਕਰਕੇ ਮੈਂ ਇੰਜ ਚੁੰਮਾਂ ਹਾਏ ਹਾਏ ਮੈਂ ਜਦੋਂ ਵੇਖਿਆ ਨਾ ਉੱਤੇ ਲਿਖਿਆ ਤੁਹਾਡਾ ਪਾਕਿਸਤਾਨ 'ਚ ਸਵਾਗਤ ਇਹ ਨਹੀਂ ਸੀ ਲੱਗਦਾ ਇਵੇਂ ਲੱਗਦਾ ਮੇਰੀ ਆਪਣੀ ਧਰਤੀ ਮੇਰੇ ਘਰ ਮੇਰੇ ਬਜ਼ੁਰਗਾਂ ਧਰਤੀ ਮੈਂ ਧਰਤੀ ਨੂੰ ਹੁਣ ਵੀ ਮੱਥਾ ਟੇਕਦੇ ਹਾਂ ਇਹਨੂੰ ਅਕੀਦਤ ਕਹਿੰਦੇ ਆ ਜੀ ਮਿੱਟੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਆਪਣੀ ਮਿੱਟੀ ਨੂੰ ਕਦੇ ਵੀ ਮਾੜਾ ਨਹੀਂ ਕਹਿੰਦੇ ਸਾਡੇ ਬਜ਼ੁਰਗਾਂ ਨੇ ਵੈਸੇ ਵੀ ਧਰਤੀ ਮਾਂ ਆ ਫਿਰ ਅੱਗੇ ਅੱਗੇ ਚੱਲਦੇ ਗਏ ਤੇ ਫਿਰ ਕੀ ਮਹਿਸੂਸ ਹੁੰਦਾ ਗਿਆ ਜਿਹੜੇ ਸਾਡੇ ਉੱਥੇ ਖਲੋਤੇ ਸੀ ਤੁਹਾਡੇ ਸਾਡੇ ਰੇਂਜਰ ਵਾਲੇ ਦੋਸਤ ਪੁਲਿਸ ਵਾਲੇ ਉਹਨਾਂ ਦਾ ਤਾਵਨ ਕਿਹੋ ਜਿਹਾ ਇਹਨਾਂ ਦਾ ਇਹਨਾਂ ਨੂੰ ਮਿਲ ਕੇ ਤੇ ਕੋਈ ਲੱਗਾ ਹੀ ਨਹੀਂ ਆਪਾਂ ਕਿਤੇ ਬਗਾਨੇ ਮੁਕ ਉਹਨਾਂ ਨੇ ਕੋਈ ਤੰਗ ਤਾਂ ਨਹੀਂ ਕੀਤਾ ਤੁਹਾਨੂੰ ਨਾ ਇਹਨਾਂ ਇੰਜ ਚੁੱਕਿਆ ਜੀ ਹੱਥਾਂ ਦੇ ਸਾਹਮਣੇ ਕੀ ਬਾਤ ਕੀ ਬਾਤ ਕੀ ਦਿੱਤਾ ਹਾਂਜੀ ਇੰਨਾ ਹੱਸੇ ਖੇਡੇ ਨੇ ਅਸੀਂ ਜਦੋਂ ਨਿਕਲੇ ਬਾਹਰ ਤੇ ਉਹ ਛੋਟੀ ਜਿਹੜੇ ਵਹੀਕਲ ਹੁੰਦੇ ਨੇ ਉਹਦੇ ਤੇ ਬੈਠੇ ਹਾਂਜੀ ਉਹ ਕਹਿੰਦੇ ਥੋੜੇ ਪੈਸੰਜਰ ਹੋਰ ਆ ਲੈਣਗੇ ਆਪਾਂ ਕਿੱਥੇ ਬੈਗ ਚੱਲ ਤੇ ਮੈਂ ਕਿਹਾ ਨਹੀਂ ਨਹੀਂ ਤੁਸੀਂ ਚੱਲੋ ਸਾਨੂੰ ਚਾਰ ਨੂੰ ਪਹੁੰਚ ਕਰੋ ਸਾਡੀ ਸਾਨੂੰ ਲੈ ਜਾਓ ਉਹਨਾਂ ਨੂੰ ਬਾਅਦ ਚ ਲੈ ਨਹੀਂ ਨਹੀਂ ਭਾਈ ਜਾਨ ਤੁਸੀਂ ਆਪਣੇ ਘਰ ਆਏ ਅਸੀਂ ਤੁਹਾਡੇ ਬੱਸ ਭੇਜ ਦਿੰਦੇ ਹਾਂ ਤੁਹਾਡੇ ਚਾਰਾਂ ਵਾਸਤੇ ਠੀਕ ਹੋ ਗਿਆ ਬੜਾ ਉਹਨਾਂ ਪਿਆਰ ਦਿੱਤਾ ਹੈ ਜਿਵੇਂ ਜਿਵੇਂ ਅੱਗੇ ਆਏ ਆ ਜੋ ਸਾਡਾ ਵੈਲਕਮ ਇੱਥੇ ਆ ਕੇ ਹੋਇਆ ਕੀ ਤੁਸੀਂ ਹੁਣ ਸੁਨੇਹਾ ਦੇਣਾ ਚਾਹੋਗੇ ਦੋਵਾਂ ਮੁਲਕਾਂ ਦੀ ਕੌਮ ਆਵਾਮ ਨੂੰ ਜਿਹੜੀ ਆਪਣੀ ਇੱਕ ਦੂਜੇ ਨੂੰ ਮਿਲਣਾ ਚਾਹੁੰਦੀ ਆ ਆਵਾਮ ਨੂੰ ਵੀ ਇਹ ਸੁਨੇਹਾ ਸਾਡਾ ਕਿ ਤੁਸੀਂ ਵੀ ਕੋਸ਼ਿਸ਼ ਕਰੋ
ਬਹੁਤ ਨੇਕ ਤੇ ਇਮਾਨਦਾਰ ਤੇ ਅੱਲਾ ਨੂੰ ਪਿਆਰ ਕਰਨ ਵਾਲੇ ਨੇ ਉਧਰ ਨਵਜੋਤ ਸਿੰਘ ਸਿੱਧੂ ਜੋ ਉਹਨਾਂ ਨੇ ਕਰ ਦਿੱਤਾ ਸ਼ਾਇਦ ਵੇਖੋ ਰਾਜਨੀਤੀਆਂ ਪੋਲੀਟਿਕਸਾਂ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਦੀ ਦੇਣ ਦੋਨਾਂ ਵਜ਼ੀਰਿਆਂ ਇੱਧਰੋਂ ਇਮਰਾਨ ਖਾਨ ਸਾਹਿਬ ਉਹਨਾਂ ਦਾ ਅਤੇ ਉਧਰ ਨਵਜੋਤ ਸਿੰਘ ਸਿੱਧੂ ਜਦੋਂ ਉਹਨਾਂ ਦੀ ਜੱਫੀ ਪਈ ਉਹਨੇ ਰੰਗ ਲਿਆਉਂਦੇ ਨੇ ਅਤੇ ਮੈਂ ਕਹਿੰਦਾ ਵੀ ਜਿਹੜੇ ਵਿਛੜੇ ਅੱਜ ਵੀ ਉਸ ਦਰਦ ਨੂੰ ਇਹ ਜੱਫੀ ਦੀ ਕਈਆਂ ਨੂੰ ਤਕਲੀਫ ਵੀ ਬਹੁਤ ਹੋਈ ਆ ਵੀ ਇਹ ਕਿਉਂ ਯਾਰ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਇੰਨੀ ਦੇਰ ਦੇ ਇਹਨਾਂ ਤੋਂ ਜੁਦਾ ਕੀਤੇ ਰੱਖੇ ਪੰਜਾਬੀਆਂ ਤੋਂ ਪੰਜਾਬੀ ਜੁਦਾ ਕੀਤੇ ਰੱਖੇ ਆ ਇਹ ਕਿਸ ਤਰ੍ਹਾਂ ਹੁਣ ਮਿਲਣਾ ਸ਼ੁਰੂ ਹੋ ਗਏ ਆ ਉਹ ਤਕਲੀਫ ਤਾਂ ਸ਼ੁਰੂ ਤੋਂ ਚੱਲਦੀ ਆ ਹਾਂਜੀ ਇਹ ਤਾਂ ਬਾਬੇ ਕਦ ਇੱਦਾਂ ਹੀ ਚੱਲਦਾ ਆ ਚੱਲਦਾ ਆ ਰਿਹਾ ਜੋ ਬਹਰਹਾਲ ਜੀ ਆਖਿਰ ਤੇ ਅਸੀਂ ਇਹੀ ਗੱਲ ਕਹਾਂਗੇ ਕਿ ਜੋ ਚੀਜ਼ ਆਪਾਂ ਪਿਆਰ ਨਾਲ ਜਿੱਤ ਲਈ ਦੀ ਆ ਉਹ ਗੋਲੀ ਨਾਲ ਨਹੀਂ ਜਿੱਤ ਸਕਦੇ ਬੰਬ ਨਾਲ ਨਹੀਂ ਜਿੱਤ ਸਕਦੇ ਕਿਸੇ ਤਰੀਕੇ ਨਾਲ ਤਜਰਬਾ ਜਿਹੜਾ ਉਹ ਕਰਕੇ ਕਰਤਾਰ ਹਾਂ ਕਰ ਲਿਆ ਬਾਕੀ ਜੀ ਇਹ ਜਿਹੜੀ ਫੈਮਿਲੀ ਇੰਡੀਆ ਸਾਈਡ ਤੋਂ ਕਰਨਾਲ ਤੋਂ ਆਏ ਸੀਗੇ ਜੱਟ ਅਤੇ ਉਸ ਤੋਂ ਬਾਅਦ ਫਿਰ ਇਹ ਸਾਡੇ ਜਿਹੜੇ ਪਾਕਿਸਤਾਨੀ ਭਾਈ ਸੀਗੇ ਇਹ ਵਜ਼ੀਰਾਬਾਦ ਤੋਂ ਆਏ ਸੀਗੇ ਜੀ ਇਹਨਾਂ ਦੀ ਮੁਲਾਕਾਤ ਇੱਥੇ ਸਾਡੇ ਭਾਈ ਸਾਡਾ ਦੇਸ਼ ਪੰਜਾਬ ਵਾਲੇ ਅਬਦਰ ਸ਼ੀਰ ਸਾਹਿਬ ਹੋਣਾ ਨੇ ਕਰਵਾਈ ਆ ਔਰ ਅਸੀਂ ਦੁਆ ਕਰਦੇ ਹਾਂ ਕਿ ਇਨਸ਼ਾਅੱਲਾ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਪਿਆਰ ਮੁਹੱਬਤ ਦੀਆਂ ਜੱਫੀਆਂ ਪੈਂਦੀਆਂ ਰਹਿਣ ਮੁਲਾਕਾਤਾਂ ਹੁੰਦੀਆਂ ਰਹਿਣ ਅਤੇ ਫੈਮਿਲੀਆਂ ਇੱਕ ਦੂਸਰੇ ਨੂੰ ਮਿਲਦੀਆਂ ਰਹਿਣ ਜੀ ਕਿਸ ਤਰ੍ਹਾਂ ਤੁਹਾਡੀ ਹੋਈ ਮੁਲਾਕਾਤ ਫਿਰ ਆਪਣੇ ਮਾਮੇ ਨਾਲ ਉਹ ਵੀ ਬਾਈ ਨੇ ਕਰਾਈ ਅਤੇ ਹੋ ਗਈ ਮੁਲਾਕਾਤ ਔਰ ਬੜੀ ਖੁਸ਼ੀ ਹੋਈ ਹੈ ਕਿ ਸਾਨੂੰ ਸਾਡਾ ਪਿਓ ਲੱਭਿਆ ਠੀਕ ਹੈ ਬੜੀ ਬਹੁਤ ਜੁਦਾਈਆਂ ਪਾਈਆਂ ਜੀ ਸੰਤਾਲੀ ਦੇ ਟਾਈਮ ਨੇ ਮਾਵਾਂ ਤੋਂ ਪੁੱਤ ਭੈਣਾਂ ਤੋਂ ਭਰਾ ਜਿਹੜੇ ਜੁਦਾ ਕੀਤੇ ਔਰ ਅੱਜ ਤੱਕ ਇਹ ਮਿਲ ਰਹੇ ਆ ਮਜ਼ਹਬ ਬਦਲ ਗਏ ਮੁਲਕ ਬਦਲ ਗਏ ਲੇਕਿਨ ਪਿਆਰ ਜਿਹੜਾ ਉਹੀ ਰਿਹਾ ਹਾਂਜੀ ਸਾਡੇ ਕੋਲ ਜਿਸ ਟਾਈਮ ਬਹਿੰਦੇ ਸਨ ਉਸ ਟਾਈਮ ਹੀ ਇਹ ਇਹਨਾਂ ਦੀ ਗੱਲ ਕਰਦੇ ਸਨ ਅਸੀਂ ਵੀ ਛੋਟੇ ਛੋਟੇ ਹੁੰਦੇ ਸਾਂ ਅਸੀਂ ਕਹਿੰਦੇ ਹੁੰਦੇ ਸਾਂ ਕਿ ਮੀਂਹ ਸਾਡਾ ਦੁਨੀਆਂ 'ਤੇ ਕੋਈ ਵੀ ਨਹੀਂ ਤੁਸੀਂ ਇਕੱਲੇ ਸੋ ਇਹ ਕਮੀਆਂ ਰਹਿ ਜਾਂਦੀਆਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਤੇ ਇਸ ਕਮੀ ਨੂੰ ਉਹੀ ਮਹਿਸੂਸ ਕਰ ਸਕਦਾ ਜਿਹੜੇ ਨੇ ਉਹ ਟਾਈਮ ਦੇਖਿਆ ਹੋਵੇ ਬਾਕੀ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਹੌਸਲਾ ਦਿਲਾਸਾ ਹਰ ਬੰਦਾ ਦੇ ਦਿੰਦਾ ਪਰ ਕਮੀ ਜਿਹੜੀ ਹੈ ਨਾ ਉਹ ਕੋਈ ਨਹੀਂ ਪੂਰੀ ਕਰ ਸਕਦਾ ਸ਼ੁਕਰ ਹੈ ਅੱਲਾ ਦਾ ਅੱਲਾ ਸੋਹਣੇ ਦਾ ਇਹਸਾਨ ਹੈ ਕਿ ਸਾਨੂੰ ਮਿਲ ਗਏ ਨੇ ਸਾਨੂੰ ਠੰਡ ਪੈ ਗਈ ਹੈ ਅਸੀਂ ਆਨੇ ਕੱਲਾ ਸੋਹਣਾ ਸਾਡੀ ਮਾਂ ਚੰਨਾਂ ਦੇ ਫਰਦੋਸ ਅੱਲਾ ਆਮੀਨ ਜੀ ਆਮੀਨ ਅੱਲਾ ਪਾਕ ਨੂੰ ਜੋ ਉਹਨਾਂ ਦਾ ਪਰਿਵਾਰ ਸਾਨੂੰ ਮਿਲ ਗਿਆ ਸਾਨੂੰ ਵੀ ਸਕੂਨ ਆ ਗਿਆ ਤੇ ਉਹਨਾਂ ਨੂੰ ਅੱਜ ਉਹ ਨਾਲ ਹੁੰਦੇ ਤੇ ਨਹੀਂ ਜੀ ਉਹਨਾਂ ਦੇ ਤਾਂ ਧਰਤੀ ਤੇ ਪੈਰ ਨਹੀਂ ਸੀ ਲੱਗਣੇ ਸਾਰੇ ਜੀ ਆਪਣੇ ਜਜ਼ਬਾਤੀ ਹੋ ਗਏ ਆ ਕਿਉਂਕਿ ਬਹੁਤ ਟਾਈਮ ਤੋਂ ਬਾਅਦ ਮੁਲਾਕਾਤ ਹੋਈ ਆ ਅੱਜ ਉਹ ਇੱਥੇ ਵਿਹੜੇ 'ਚ ਬੈਠੇ ਹੁੰਦੇ ਤੇ ਕਿੰਨਾ ਖੁਸ਼ ਹੋਣਾ ਸੀ ਅਸਲ ਗੱਲ ਇਹ ਆ ਜੀ ਉਹ ਸਾਨੂੰ ਸਾਰੀ ਜ਼ਿੰਦਗੀ ਪਛਤਾਵਾ ਰਹਿਣਾ ਜੀ ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਦੇਖੋ ਜੀ ਪੌਣੀ ਸਦੀ ਗੁਜ਼ਰਨ ਤੋਂ ਬਾਅਦ ਕੋਈ ਆਪਣੀ ਵਿਛੜੀ ਫੈਮਿਲੀ ਨੂੰ ਮਿਲੇ ਤੇ ਫਿਰ ਜਜ਼ਬਾਤੀ ਤੇ ਹੋ ਹੀ ਜਾਂਦਾ ਜੀ ਬਾਈ ਤਾਰਕ ਨਹੀਂ ਆਇਆ ਮੇਰਾ ਦੋ ਬਾਈ ਆਏ ਨੇ ਮੇਰੇ ਉਹ ਆਉਂਦਾ ਜਿੱਦਣ ਮੈਨੂੰ ਪਤਾ ਲੱਗਾ ਨਾ ਉਹ ਮਾਂ ਦੀ ਕਬਰ ਤੇ ਜਾ ਕੇ ਦੱਸ ਕੇ ਆਇਆ ਵਾਹ ਜੀ ਵਾਹ ਕਿਆ ਬਾਤ ਹੈ ਉੱਥੇ ਬੈਠਾ ਰੋ ਗਿਆ ਮਾਂ ਤੇਰਾ ਪਰਿਵਾਰ ਤੈਨੂੰ ਆਇਆ ਲੱਭ ਗਿਆ ਤੂੰ ਨਹੀਂ ਸਾਨੂੰ ਲੱਭ ਤੂੰ ਨਹੀਂ ਲੱਭੀ ਸਾਨੂੰ ਕਿਆ ਬਾਤ ਬਹੁਤ ਇਮੋਸ਼ਨਲ ਹੋਇਆ ਜੀ ਸਾਡੇ ਭੈਣ ਭਾਈ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਮਿਲ ਕੇ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਇੰਜ ਜਿਹਾ ਕਿ ਜਿਵੇਂ ਦੁਨੀਆ ਤੇ ਆ ਗਏ ਹੁਣ ਨਵਾਂ ਜਿੱਦਾਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਹੁੰਦਾ ਨਵਾਂ ਜ਼ਿੰਦਗੀ ਦਾ ਸਫ਼ਰ ਜਿਹੜਾ ਨਾ ਉਹ ਸ਼ੁਰੂ ਹੋ ਗਿਆ ਹਾਂਜੀ ਅੱਲਾ ਪਾਕ ਤੁਹਾਡੀਆਂ ਮੁਹੱਬਤਾਂ ਕਾਇਮ ਰੱਖੇ ਜੀ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਇੱਕ ਦੂਜੇ ਨੂੰ ਮਿਲਦੇ ਵਰਤਦੇ ਰਹੋ ਪੂਰੀ ਫੈਮਿਲੀ ਬਹੁਤ ਜਜ਼ਬਾਤੀ ਹੈ ਜੀ ਹਾਂਜੀ ਤੇ ਆਪਣੇ ਸਾਡੇ ਭਾਈ ਸਾਹਿਬ ਜਿਹੜੇ ਨੇ ਇਹਨਾਂ ਦੇ ਘਰ ਵਾਲੇ ਸਨ ਜਿਹੜੇ ਉਹਨਾਂ ਦਾ ਕੀ ਨਾਮ ਸੀ ਅਰਸ਼ਾਦ ਬੀਬੀ ਉਹ ਆਪਣੇ ਵਿਰਕ ਸਾਹਿਬ ਦੇ ਸਿਸਟਰ ਸਨ ਤੇ ਉਹਨਾਂ ਦੀ ਭੈਣ ਸਨ ਇਹ ਇਹਨਾਂ ਦੇ ਮਾਮੂ ਨੇ ਸਕੇ ਆਪਸ ਮਾਮੀ ਭਾਣਜੀ ਨੇ ਮਾਮੇ ਭਾਣਜੀ ਮਾਮੀ ਮਾਮੀ ਭਾਣਜੀ ਹਾਂਜੀ ਤੇ ਇਹ ਜਿਹੜਾ ਆਪਣਾ ਭਾਈ ਆ ਗਵਿੰਦਰ ਇਹ ਆਪਣਾ ਭਤੀਜਾ ਇਹ ਉਹਨਾਂ ਦਾ ਭਤੀਜਾ ਜੀ ਭਤੀਜਾ ਜੀ ਹਾਂਜੀ ਤੇ ਇਹ ਜਿਹੜਾ ਆਪਣਾ ਹੈ ਜੀ ਗਵਿੰਦਰ ਸਾਹਿਬ ਦੇ ਫੁੱਫੜ ਨੇ ਹਾਂਜੀ ਫੁੱਫਾ ਜੀ ਨੇ ਬਾਕੀ ਸਾਰਾ ਉਹਨਾਂ ਦਾ ਪਰਿਵਾਰ ਆ ਇਹ ਤਕਰੀਬਨ ਕੋਈ 10-15 ਬੰਦੇ ਆਏ ਤੇ ਇਸ ਟਾਈਮ ਫੈਮਿਲੀ ਸਾਰੀ ਇਮੋਸ਼ਨਲ ਆ ਕਿਸੇ ਕੋਲੋਂ ਗੱਲ ਨਹੀਂ ਹੋ ਰਹੀ ਉਹ ਜਿਹੜੇ ਦੂਸਰੇ ਪਾਸੇ ਦੋਸਤ ਬੈਠੇ ਨੇ ਸਾਡੀਆਂ ਭੈਣਾਂ ਅਤੇ ਮਾਵਾਂ ਬੈਠੀਆਂ ਇਹ ਚੜ੍ਹਦੇ ਪੰਜਾਬ ਤੋਂ ਆਈਆਂ ਅਤੇ ਇਹ ਸਾਡੀ ਭੈਣ ਸਹਿਮਾ ਇਹ ਭਾਈ ਹੋਣੀ ਇਹ ਜਿਹੜੇ ਨੇ ਇਹ ਸਾਡੇ ਇੱਥੋਂ ਪਾਕਿਸਤਾਨ 'ਚੋਂ ਨੇ ਅਤੇ ਅੱਲਾ ਤਾਲਾ ਇਹਨਾਂ ਦੀਆਂ ਜਿਹੜੀਆਂ ਇਹ ਅੱਲਾ ਨੇ ਮੇਲ ਕਰਾਏ ਆ ਉਹ ਅੱਲਾ ਹਮੇਸ਼ਾ ਵਾਸਤੇ ਹੁਣ ਇਹਨਾਂ ਦੇ ਕਾਇਮ ਰੱਖੇ ਜੀ ਇਹਨਾਂ ਦੇ ਰਾਬਤੇ ਹੋ ਗਏ ਨੇ ਇਹ ਹੁਣ ਅਸੀਂ ਦੁਆ ਕਰਦੇ ਹਾਂ ਕਿ ਇਹ ਜਥੇ ਰਾਹੀਂ ਵੀਜ਼ਾ ਲੈ ਕੇ ਆਉਣ
ਤੇ ਇਹਨਾਂ ਨੂੰ ਮਿਲਣ। ਇਹ ਤਾਂ ਚਲੋ 2-4 ਘੰਟੇ ਦੀ ਮੁਲਾਕਾਤ ਆ, ਉਹ ਫਿਰ 10 ਦਿਨ ਦਾ ਵੀਜ਼ਾ ਹੁੰਦਾ ਜੇ ਇਹ 10 ਦਿਨ ਆਪਸ 'ਚ ਇਕੱਠੇ ਰਹਿਣ, ਆਪਣੇ ਘਰਾਂ ਵਿੱਚ ਵਸਣ, ਘਰਾਂ ਵਿੱਚ ਵਸਣ ਤੇ ਅੱਲਾਹ ਤਾਲਾ ਇਹਨਾਂ ਨੂੰ ਘਰਾਂ 'ਚ ਆਬਾਦ ਰੱਖੇ। ਅਤੇ ਜਿਹੜੀਆਂ ਫੈਮਲੀਆਂ ਹੋਰ ਵਿਛੜੀਆਂ ਨੇ, ਅਸੀਂ ਦੁਆ ਕਰਦੇ ਹਾਂ ਕਿ ਕਰਤਾਰਪੁਰ ਦੇ ਰਾਹੀਂ ਬਾਬੇ ਦੀ ਦੁਆ ਨਾਲ, ਅੱਲਾਹ ਪਾਕ ਦੇ ਕਰਮ ਅਹਿਸਾਨ ਨਾਲ ਉਹ ਵੀ ਆਪ ਇੱਕ ਦੂਸਰੇ ਨੂੰ ਮਿਲ ਜਾਣ। ਮਿਲਦੇ ਰੱਖ ਲੈ ਇਹ ਜੀ ਭੈਣ ਭਰਾਵਾਂ ਦਾ ਪਿਆਰ, ਜੁਦਾ ਹੋਣਾ ਬਹੁਤ ਔਖਾ ਹੈ। ਭੈਣ ਤਾਂ ਨੌਕਰੀ 'ਤੇ ਭੇਜਣ ਲੱਗੀ ਜਿਹੜੀ, ਉਹ ਰੋ ਪੈਂਦੀ ਆ, ਉਹ ਨਹੀਂ ਬਰਦਾਸ਼ਤ ਹੁੰਦਾ, ਅਤੇ ਫਿਰ ਹੁਣ ਦੂਸਰੇ ਮੁਲਕ ਜਾਣਾ ਬਹੁਤ ਔਖਾ ਕੰਮ। ਇਹ ਜੀ ਮਾਮਾ ਭਾਣ ਜੀ, ਇਹਨਾਂ ਦੀ ਹੁਣ ਮੁਲਾਕਾਤ ਹੋ ਰਹੀ, ਅਲਵਿਦਾਈ ਆਪਣੇ ਆਪਣੇ ਦੇਸ਼ ਨੂੰ ਮੁੜਦੇ। ਮਾਮਾ ਜਿਹੜਾ ਜੇ ਚੜ੍ਹਦੇ ਪੰਜਾਬ ਤੋਂ ਤੇ ਭਾਣ ਜੀ, ਹੁਣ ਜੀ ਆਪਣੇ ਆਪਣੇ ਦੇਸ਼ ਨੂੰ ਵਾਪਸ ਚੱਲੇ ਆ। ਮਾਮਾ ਚੜ੍ਹਦੇ ਪੰਜਾਬ ਤੋਂ ਤੇ ਭਾਣ ਜੀ ਜਿਹੜੀ ਉਹ ਲੈਂਦੇ ਸੀ। ਲੱਗਦੇ ਨੇ ਤੁਸੀਂ ਇਹ ਵੀ ਦੱਸਿਆ ਜੇ? ਇਹ ਮੇਰੇ ਲਈ ਸਾਲਾ ਸਾਹਿਬ ਲੱਗਦੇ ਨੇ। ਅੱਛਾ, ਇਹ ਤੁਹਾਡੇ ਇਹ ਸਾਲਾ ਬਣਵਾਈਆਂ ਨੇ ਜੀ ਆਪ? ਹਾਂਜੀ, ਇਹ ਮੇਰੇ ਸਾਲਾ ਸਾਹਿਬ ਨੇ ਜੀ, ਮੇਰੇ ਜੀਏ ਦੇ ਚਾਚੇ ਦੇ ਪੁੱਤਰ ਨੇ। ਅੱਛਾ, ਮੇਰੇ ਟੱਬਰ ਦੇ ਸਕੇ ਚਾਚੇ ਦੇ ਪੁੱਤਰ ਭਰਾ ਨੇ। ਮੇਰੇ ਹੁਣ ਅਲਵਿਦਾਈ ਮੁਲਾਕਾਤ ਹੋ ਰਹੀ ਹੈ ਜੀ, ਮੇਰੀ ਲੈਂਦੇ ਚੜ੍ਹਦੇ ਦਾ ਮਿਲਾਪ ਹੋ ਰਿਹਾ ਜੀ। ਕੁੜੀ ਨੂੰ ਵੀ ਦਿਓ ਪਿਆਰ, ਅੱਲਾ ਪਾਕ ਕੋ ਜ਼ਿੰਦਗੀ ਮੰਗੋ, ਮਤਲਬ ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ। ਅਲਵਿਦਾਈ ਮੁਲਾਕਾਤ ਹੋ ਰਹੀ ਹੈ ਜੀ, ਜਾ ਰਹੇ ਹੁਣ ਚੜ੍ਹਦੇ ਪੰਜਾਬ ਵਾਲਿਆਂ ਨੂੰ ਲੈਂਦੇ ਪੰਜਾਬ ਵਾਲੇ ਮਿਲ ਕੇ, ਲੈਂਦੇ ਵਾਲੇ ਆਪਣੀ ਸਾਈਡ 'ਤੇ ਜਾ ਰਹੇ, ਚੜ੍ਹਦੇ ਵਾਲੇ ਆਪਣੀ ਸਾਈਡ 'ਤੇ ਜਾ ਰਹੇ ਜੀ। ਅੱਲਾ ਪਾਕ ਇਹਨਾਂ ਦੀਆਂ ਮੁਹੱਬਤਾਂ ਇਸੇ ਤਰ੍ਹਾਂ ਹੀ ਕਾਇਮ ਰੱਖੇ, ਇੱਕ ਦੂਜੇ ਨੂੰ ਮਿਲਦੇ ਰਹਿਣ।